ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਆਪੋ ਆਪਣੇ ਟਰੈਕਟਰਾਂ ਤੇ ਡੀਜ਼ਲ ਪੁਲਵਾ ਲਓ, ਇਹ ਗੜਬੜ ਹੋ ਸਕਦੀ ਆ। ਡੀਜ਼ਲ ਪਹਿਲੋ 200-200, 300-300 ਲੀਟਰ ਲਾਓ। ਉਹ ਸਾਰੇ ਪੰਜਾਬ ਦੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਟਰੈਕਟਰਾਂ ਦੇ ਵਿੱਚ ਡੀਜ਼ਲ ਪਵਾਓ। ਡੀਜ਼ਲ ਜੇ ਅਸੀਂ ਡੀਜ਼ਲ ਪਵਾਵਾਂਗੇ ਤਾਂ ਫਿਰ ਸਰਕਾਰ ਦੀ ਕਿਸੇ ਕਿਸਮ ਦੀ ਸਾਜ਼ਿਸ਼ ਜਿਹੜੀ ਆ ਉਹ ਕਾਮਯਾਬ ਨਹੀਂ ਹੋ ਸਕਦੀ। ਤੋ ਇਸ ਕਰਕੇ ਆ ਵੀ ਵੱਧ ਤੋਂ ਵੱਧ ਇਸ ਲਾਈਵ ਨੂੰ ਸ਼ੇਅਰ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਚਾਂਦ ਦੇਸ਼ ਦੁਨੀਆ ਤੱਕ ਪਹੁੰਚ ਸਕੇ। ਤੁਹਾਨੂੰ ਪਤਾ ਹੀ ਆ ਵੀ ਇਸ ਵੇਲੇ ਵਿਰੋਧੀ ਧਿਰਾਂ ਵੀ ਕਿਸਾਨਾਂ ਦੇ ਮੁੱਦਿਆਂ ਤੇ ਉੱਡੀ ਜ਼ੋਰ ਨਾਲ ਨਹੀਂ ਬੋਲ ਰਹੀਆਂ ਹੈਗੀਆਂ, ਭਾਵੇਂ ਕਿ ਮੁੱਦਾ ਚੜਿਆ ਪਿਆ ਹੈਗਾ। ਤਾਂ ਜਿਹੜੀਆਂ ਦੇਸ਼ ਦੀਆਂ ਵਿਰੋਧੀ ਧਿਰਾਂ ਵਾ ਜਾਂ ਦੇਸ਼ ਦੀ ਮੁੱਖ ਧਿਰ ਆ ਜਿਹੜੀ ਭਾਜਪਾ, ਉਹ ਯਤਨ ਕਰ ਰਹੀ ਆ ਵੀ ਜਿਵੇਂ ਇਸ ਵੇਲੇ ਵੋਟਾਂ ਦੀ ਜ਼ਮੀਨ ਤਿਆਰ ਕਰ ਰਹੇ ਨੇ, ਉਹ ਕੋਸ਼ਿਸ਼ ਕਰ ਰਹੇ ਆ ਵੀ ਉਹਦੇ ਵਿੱਚ ਇਹ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਨੂੰ ਰੋਲਿਆ ਜਾਵੇ। ਵਿਰੋਧੀ ਧਿਰਾਂ ਨੂੰ ਇਹ ਗੱਲ ਦਾ ਪਤਾ ਵੀ ਜੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਉੱਭਰ ਗਏ ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਜਿਹੜੇ ਮੁੱਦਿਆਂ ਤੇ ਉਹ ਇਲੈਕਸ਼ਨ ਲੜਾਉਣਾ ਚਾਹੁੰਦੇ ਨੇ ਉਹ ਤੇ ਨਾ ਹੋਏ। ਤੇ ਇਸ ਕਰਕੇ ਆ ਬਹੁਤ ਜ਼ਰੂਰੀ ਆ ਵੀ ਆਪਣੇ ਮੀਡੀਆ ਨੂੰ ਸ਼ੇਅਰ ਕਰ ਦਿਓ ਵੀ ਜਿਹੜਾ ਮੀਡੀਆ ਵਾ ਉਹਨੂੰ ਹਰ ਹਾਲ ਦੇ ਵਿੱਚ ਸਾਡੇ ਅੰਦੋਲਨ ਨੂੰ ਵਿਖਾਲਣਾ ਪਵੇ। ਸਾਰਾ ਮੀਡੀਆ ਨਹੀਂ ਮਾੜਾ ਕਹਿ ਸਕਦੇ, ਇੱਕ ਵੱਡੇ ਪੱਧਰ ਤੇ ਵਿਖਾਲਿਆ ਵੀ ਜਾ ਰਿਹਾ। ਤੇ ਇਸ ਕਰਕੇ ਯੂਟਿਊਬ ਚੈਨਲ, ਦੂਜੇ ਚੈਨਲ ਕਾਫੀ ਵਿਖਾਰੇ। ਇਸ ਕਰਕੇ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜਾ ਵਾ ਇਹਨੂੰ ਲਾਈਵ ਨੂੰ ਸ਼ੇਅਰ ਕਰੋ। ਮੀਨਸ ਇਹ ਇੰਨੇ ਮਿਲੀਅਨਸ ਆਫ ਮਿਲੀਅਨ ਚੱਲ ਜਾਣ ਵੀ ਮੀਡੀਆ ਨੂੰ ਸਾਨੂੰ ਵਿਖਾਲਣਾ ਪੈ ਜਾਵੇ। ਇਸ ਕਰਕੇ ਬੇਨਤੀ ਆ ਵੀ ਕੋਈ 1000-2000 ਬੰਦਾ ਇਸ ਲਾਈਵ ਨੂੰ ਦੇਖੇ ਤਾਂ ਜੋ ਸਾਡਾ, ਦੂਜੀ ਮੇਰੀ ਬੇਨਤੀ ਆ ਵੀ ਕਰ ਮੁਕਤ ਵਪਾਰ ਸਮਝੌਤਾ, ਕਰ ਮੁਕਤ ਵਪਾਰ ਸਮਝੌਤਾ ਲਾਗੂ ਹੋ ਰਿਹਾ ਜਿਹਦੇ ਨਾਲ ਸਾਡੀ ਖੇਤੀ ਮੰਡੀ ਟੁੱਟਣੀ ਹੈਗੀ ਆ। ਵਿਦੇਸ਼ਾਂ ਦੇ ਉੱਤੋਂ ਜਿਹੜੀਆਂ ਫਸਲਾਂ ਮੰਗਾਉਣੀਆਂ ਵਾ ਉਸ ਫਸਲਾਂ ਦੇ ਉੱਤੇ ਟੈਕਸ ਖਤਮ ਕੀਤੇ ਜਾਏ। ਮੁਕਤ ਵਪਾਰ ਦਾ ਮਤਲਬ ਵੀ ਟੈਕਸ ਤੋਂ ਮੁਕਤੀ ਦੇ ਰਹੇ ਨੇ ਉਹ। ਇਸ ਕਰਕੇ ਆ ਉਹ ਪੂਰਾ ਜ਼ੋਰ ਲਾ ਰਹੇ ਨੇ ਇਹਨਾਂ ਗੱਲਾਂ ਵਾਲੇ ਪਾਸੇ ਵੀ ਕਿਵੇਂ ਨਾ ਕਿਵੇਂ ਭਾਰਤ ਦੇ ਵਿੱਚ ਖੇਤੀ ਮੰਡੀ ਨੂੰ ਤੋੜਿਆ ਜਾਵੇ। ਜਿੱਥੇ ਮੈਂ ਖੜਾ ਇਹਦੇ ਨਾਲ ਹੀ ਸੈਲੋ ਗੋਦਾਮ ਖੁੱਲਾ ਹੈਗਾ, ਉਹ 77 ਸੈਲੋ ਇੱਥੇ ਆ। ਦੇਸ਼ ਭਰ ਵਿੱਚ ਪਤਾ ਨੀ ਕਿੰਨੇ ਜ਼ਿਆਦਾ ਸੈਲੋ ਖੁੱਲੇ। ਨੀਤੀ ਵਾਪਸ ਕਰਾਉਣ ਦਾ ਸਵਾਲ ਆ, ਜ਼ਮੀਨਾਂ ਅਕਵਾਇਰ ਕਰਨ ਵਾਲੀ ਗੱਲ ਦੇ ਵਿੱਚ ਕਿਸਾਨਾਂ ਦੀ ਸਹਿਮਤੀ ਨੂੰ ਖਤਮ ਕੀਤਾ ਜਾ ਰਿਹਾ ਵਾ। ਔਰ ਸਭ ਤੋਂ ਵੱਡੀ ਗੱਲ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਹੈਗਾ, ਜਿਹੜੀ ਸਭ ਤੋਂ ਵੱਡੀ ਤੇ ਸਿਰੇ ਦੀ ਮੰਗ ਆ। ਉਹਨਾਂ ਨੇ ਕੋਈ ਪੈਸਾ ਐਰਕੀ ਜਿਹੜਾ ਬਜਟ ਪੇਸ਼ ਕੀਤਾ ਉਹ 'ਚ ਨਹੀਂ ਰੱਖਿਆ ਗਿਆ, ਨਾ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਇਹ ਬਜਟ ਦਾ ਪ੍ਰਾਵਧਾਨ ਕੀਤਾ। ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਛੱਡ ਹੀ ਦਿਓ।